ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਅਤੇ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ, ਵਧੀਆ ਰੇਟਾਂ 'ਚ ਤੁਹਾਡੇ ਸ਼ਹਿਰ ਤੁਹਾਡੀ ਪਿੰਡ ਦੀਆਂ 'ਚ। ਅਤੇ ਗੱਲਬਾਤ ਆਪਾਂ ਇਕੱਲੀ ਇਕੱਲੀ ਮਸ਼ੀਨਰੀ ਦੀ ਕਰਦੇ ਹਾਂ, ਅਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ, ਉੱਪਰ ਹਮੇਸ਼ਾ ਵਾਰ ਵਾਰ ਲਿਖਿਆ ਰਹਿੰਦਾ ਜੀ, ਨੰਬਰ 7840 38 764। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲ ਵੀ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ, ਆਪਣੇ ਨੰਬਰ 'ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀ 'ਚ ਐਡ ਲਗਵਾ ਸਕਦੇ ਹੋ। ਅਤੇ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲੀ ਗੱਡੀ ਤੁਸੀਂ ਰੀਟਜ ਦੇਖੋਗੇ, ਰੀਟਜ VDI ਗੱਡੀ ਹੈ, ਹਰਿਆਣਾ ਨੰਬਰ ਹੈ, ਅਤੇ ਗੱਡੀ 2012 ਮਾਡਲ ਹੈ, ਨਵੇਂ ਟਾਇਰਾਂ 'ਚ ਹੈ, ਗੱਡੀ ਦੀ ਕੰਡੀਸ਼ਨ ਆ ਲੁੱਕੀ ਹੈ, ਕੋਈ ਐਕਸੀਡੈਂਟਡ ਨਹੀਂ, ਅਤੇ ਮਾਲਕ ਦੇ ਘਰ ਦੀ ਗੱਡੀ ਆ, ਪਰਸਨਲ ਗੱਡੀ ਆਪਣੇ ਕੋਲ ਪਹੁੰਚੀ ਹੈ ਮਾਨਸਾ ਡਿਸਟ੍ਰਿਕਟ 'ਚੋਂ, ਸਰਦੂਲਗੜ੍ਹ ਇਹਨਾਂ ਦਾ ਏਰੀਆ ਜੀ, ਸਰਦੂਲਗੜ੍ਹ ਦੇ ਲਾਗੇ ਇਹਨਾਂ ਦਾ ਪਿੰਡ ਹੈ, ਉੱਥੇ ਗੱਡੀ ਖੜੀ ਹੈ। ਕਿਸੇ ਨੂੰ ਵੀ ਪਸੰਦ ਆਵੇ ਤਾਂ ਮਾਲਕ ਨੇ ਕਿਹਾ ਫੋਨ ਕਰ ਸਕਦੇ ਹੋ, ਅਤੇ ਮਾਲਕ ਨੇ ਕਿਹਾ ਵੀ ਡਿਮਾਂਡ ਵਾਲੇ ਚੱਕਰਾਂ 'ਚ ਪੈਂਦੇ ਨਹੀਂ, ਵੀ ਪਹਿਲਾਂ ਰੇਟ ਜ਼ਿਆਦਾ ਦੱਸੀ ਜਾਈਏ ਅਤੇ ਉਹ ਤੋਂ ਬਾਅਦ ਘਟਾਈ ਜਾਈਏ। ਇਹਨਾਂ ਨੇ ਕਿਹਾ ਲੈਣ ਦੇਣ ਵਾਲਾ ਰੇਟ ਰੱਖਾਂਗੇ, ਅਤੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਫੋਨ ਕਰ ਸਕਦੇ ਹੋ, ਨੰਬਰ ਇਹਨਾਂ ਨੇ ਦਿੱਤਾ 6204 028 47। ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ। ਅਲਟੋ K10 ਪਹੁੰਚੀ ਹੈ, 2011 ਮਾਡਲ ਗੱਡੀ ਹੈ ਜੀ, 2 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਿਹਾ ਇੱਕ ਵਾਰੀ, ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਾਂਗੇ। ਗੱਡੀ ਖੜੀ ਹੈ ਮਾਨਸਾ ਏਰੀਆ 'ਚ, ਝੰਡੂਕੇ ਇਲਾਕੇ 'ਚ, ਅਤੇ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ। ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦੀ ਤਾਂ ਗੱਡੀ ਦੀ ਕੰਡੀਸ਼ਨ ਆਲ ਓਕੇ ਪਈ ਹੈ, ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ, ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਕੋਈ ਡੈਮੇਜ ਹੈ। ਨੰਬਰ 9815420491। ਦੂਸਰੀ ਗੱਡੀ ਆਪਾਂ ਬਲੈਰੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ, 2022 ਮਾਡਲ ਗੱਡੀ ਹੈ ਜੀ, ਬਿਲਕੁਲ ਨਵੀਂ, ਸ਼ੋਰੂਮ ਕੰਡੀਸ਼ਨ 22 ਮਾਡਲ ਹੈ, ਰੇਟ ਮਾਲਕ ਨੇ ਜਿਹੜਾ ਕਿਹਾ ਇੱਕ ਵਾਰੀ ਡਿਮਾਂਡ 9,70,000 ਰੁਪਇਆ, ਅਤੇ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਏ 'ਚ, ਗੱਡੀ ਬਿਲਕੁਲ ਨਵੀਂ ਹੈ ਜੀ, ਇੱਕ ਝਰੀਟ ਵੀ ਹੈ ਨਹੀਂ ਗੱਡੀ 'ਤੇ, ਨਾ ਕੋਈ ਡੈਮੇਜ ਹੋਈ ਹੈ ਅਤੇ ਨਾ ਹੀ ਮਾੜੀ ਮੋਟੀ ਲੱਗੀ ਹੈ, ਨਵੇਂ ਟਾਇਰ ਨਹੀਂ, ਟਾਇਰਾਂ 'ਚ ਅਲਾਈ ਲੱਗੇ ਹੋਏ ਹੈ, ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਗੱਡੀ ਪਸੰਦ ਜੇ ਆਈ ਹੋਵੇ। ਅਤੇ ਕੋਈ ਗੱਡੀ ਆਹ ਖਰੀਦਣ ਦਾ ਚਾਹਵਾਨ ਹੈ, ਕੋਈ ਗੱਲ ਕਰਨਾ ਚਾਹੁੰਦਾ ਮਾਲਕ ਨਾਲ ਤਾਂ ਨੰਬਰ ਸਕਰੀਨ 'ਤੇ ਆਪਾਂ ਦੇ ਰੱਖਿਆ ਜੀ, ਨੰਬਰ 9875882408, ਨੰਬਰ 'ਤੇ ਗੱਲ ਕਰ ਲਿਓ। ਤੀਸਰੀ ਗੱਡੀ ਆਪਾਂ ਫੋਰਡ ਦੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ, ਸਕਰੀਨ 'ਤੇ ਫੋਟੋਆਂ ਚੱਲ ਹੀ ਰਹੀਆਂ। ਗੱਡੀ ਹੈ ਜੀ ਫੋਰਡ ਦੀ ਫੀਸਟਾ, 2011 ਮਾਡਲ ਗੱਡੀ ਹੈ, ਅਤੇ ਟਾਇਰ ਬਿਲਕੁਲ ਨਵੇਂ ਨੇ, ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ, ਬੱਸੀ ਪਠਾਣਾ ਇਹਨਾਂ ਦਾ ਏਰੀਆ ਜੀ, ਬੱਸੀ ਪਠਾਣਾ ਦੇ ਲਾਗੇ ਇਹਨਾਂ ਦਾ ਪਿੰਡ ਹੈ, ਅਤੇ ਡਿਮਾਂਡ ਜਿਹੜੀ ਮਾਲਕ ਨੇ ਆਪਣੇ ਕੋਲ ਲਾ ਕੇ ਭੇਜੀ ਆ 1,40 ਇੱਕ ਵਾਰੀ ਇਹਨਾਂ ਨੇ ਲਾ ਕੇ ਭੇਜੀ ਆ, ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਾਂਗੇ, ਇੱਕ ਵਾਰੀ ਸਿਰਫ ਡਿਮਾਂਡ ਹੈ ਜੀ। ਵਧੀਆ ਗੱਡੀ ਹੈ ਅਤੇ ਚਿੱਟੇ ਰੰਗ ਦੀ ਹੈ, ਇੰਜਣ ਗੇਅਰ ਵੱਲੋਂ ਕੋਈ ਦਿੱਕਤ ਨਹੀਂ, ਵਧੀਆ ਇੰਜਣ ਗੇਅਰ ਹੈ ਅਤੇ ਹਰ ਚੀਜ਼ ਦੀ ਫੁੱਲ ਗਰੰਟੀ ਆ ਮਾਲਕ ਨੇ ਕਿਹਾ, ਅਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ। 1,40 ਕਿਹਾ ਇੱਕ ਵਾਰੀ ਡਿਮਾਂਡ, ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਾਂਗੇ, ਅਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ, 9599271761, ਨੰਬਰ 'ਤੇ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਈ ਹੋਵੇ। ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ, ਅਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਤੁਸੀਂ ਨੋਟ ਕਰ ਲਿਆ ਕਰੋ, ਉੱਪਰ ਹਮੇਸ਼ਾ ਚੱਲਦਾ ਰਹਿੰਦਾ। ਜੇ ਤੁਹਾਡੇ ਕੋਲ ਵੀ ਕੋਈ ਕਿਸੇ ਵੀ ਏਰੀਏ 'ਚ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਕੁਛ ਵੀ ਆਪਣੇ ਕੋਲ ਭੇਜ ਦਿਆ ਕਰੋ ਜੀ। ਹੁਣ ਆਪਾਂ ਇੱਕ K10 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ, ਅਲਟੋ K10 2011
11 ਮਾਡਲ ਹੈ ਜੀ, ਅਤੇ 60,000 ਕੁੱਲ ਗੱਡੀ ਚੱਲੀ ਹੋਈ ਹੈ, 1,90,000 ਰੁਪਈਆ ਡਿਮਾਂਡ ਹੈ। ਪਠਾਨਕੋਟ ਮਾਲਕ ਦਾ ਏਰੀਆ, ਅਤੇ 65-70 ਪੈਸੇ ਗੱਡੀ ਦੀ ਟਾਇਰਾਂ ਦੀ ਕੰਡੀਸ਼ਨ ਪਾਈ ਹੈਗੀ। ਗੱਡੀ ਵਧੀਆ, ਚਲਾਉਣ 'ਚ ਕੋਈ ਨੁਕਸ ਨਹੀਂ ਹੈਗਾ, ਮਾਲਕ ਨੇ ਬਹੁਤ ਚੰਗੀ ਰੱਖੀ ਹੋਈ ਹੈ। ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਵੀ ਵਧੀਆ ਨੇ, ਗੱਡੀ ਵਧੀਆ, ਅਤੇ 1,90 ਮਾਲਕ ਨੇ ਮੰਗ ਪਾਈ ਆ ਆਪਣੇ ਕੋਲ, ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਵਾਂਗੇ। ਅਤੇ ਗੱਡੀ ਪਠਾਨਕੋਟ ਖੜ੍ਹੀ ਹੈ। ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਗੱਡੀ ਅੰਦਰੋਂ ਵੀ ਬਹੁਤ ਵਧੀਆ ਪਈ ਆ ਜੀ, ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ, ਅਤੇ ਮਿਊਜ਼ਿਕ ਸਿਸਟਮ ਵਧੀਆ ਹੈਗਾ, ਏਸੀ ਹੀਟਰ ਵਰਕਿੰਗ 'ਚ ਹੈ, ਬਾਕੀ ਇੰਜਣ ਗੇਅਰ ਵਧੀਆ ਹੈ, ਸਰਵਿਸ ਹੋਈ ਹੈ, ਰੰਗ ਤੁਸੀਂ ਦੇਖ ਲਓ, ਪੰਜਾਬ ਨੰਬਰ ਹੈ, ਨੰਬਰ ਪਲੇਟਾਂ ਸਰਕਾਰੀ ਨੇ, ਅਤੇ ਮਾਲਕ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ, ਤੁਸੀਂ ਨੋਟ ਕਰ ਸਕਦੇ ਹੋ, 83-608-80-842 ਨੰਬਰ 'ਤੇ ਗੱਲ ਕਰਕੇ ਕੋਈ ਵੀ ਗੱਡੀ ਖਰੀਦਣਾ ਚਾਹੁੰਦਾ, ਕੋਈ ਪੁੱਛ ਪੜਤਾਲ ਕਰਨੀ ਹੈ ਪਹਿਲਾਂ ਕਰ ਸਕਦੇ ਹੋ। ਇੱਕ ਆਪਾਂ ਅਰਟੀਗਾ ਗੱਡੀ ਲੈ ਕੇ ਪਹੁੰਚੇ ਹਾਂ, 2015 ਮਾਡਲ ਆ ਗੱਡੀ, ਹਰਿਆਣਾ ਨੰਬਰ ਹੈ ਗੱਡੀ, ਜੇ ਆਪਾਂ ਦੇਖੀਏ ਤਾਂ ਬਹੁਤ ਚੰਗੀ ਹਾਲਤ 'ਚ ਪਈ ਹੈ, ਹਰਿਆਣਾ ਨੰਬਰ ਹੈ, ਨੰਬਰ ਪਲੇਟਾਂ ਸਰਕਾਰੀ ਮਿਲ ਜਾਣਗੀਆਂ, ਬਾਕੀ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਫੋਟੋਆਂ ਚਾਰੇ ਪਾਸੋਂ ਖਿੱਚ ਕੇ ਵਧੀਆ ਆਪਣੇ ਕੋਲ ਭੇਜੀਆਂ। ਰੇਟ 4,30,000 ਰੁਪਇਆ ਮਾਲਕ ਨੇ ਕਿਹਾ ਹੈਗਾ। ਗੱਡੀ ਖੜ੍ਹੀ ਹੈ ਮਾਨਸਾ ਏਰੀਏ 'ਚ, ਗੱਡੀ ਦੇ ਟਾਇਰ ਬਹੁਤ ਚੰਗੇ ਆਪਾਂ ਨੂੰ ਮਿਲ ਜਾਣਗੇ, ਗੱਡੀ ਚੰਗੀ ਹਾਲਤ 'ਚ ਹੈ, ਗੱਡੀ ਕੋਈ ਕਿਸੇ ਪਾਸੋਂ ਖਰਚਾ ਵਰਚਾ ਨਹੀਂ ਪਾਲਦੀ, ਨਾ ਕੋਈ ਇੱਕ ਰੁਪਈਆ ਆਪਾਂ ਨੂੰ ਲਾਉਣ ਦੀ ਲੋੜ ਹੈ ਗੱਡੀ 'ਤੇ, ਕਿਉਂਕਿ ਮਾਲਕ ਨੇ ਸਾਰਾ ਕੰਮ ਪਹਿਲਾਂ ਤੋਂ ਹੀ ਕਰਵਾ ਰੱਖਿਆ, ਮੌਕੇ ਦਾ ਸਾਰਾ ਕੰਮ ਹੋਇਆ ਹੈਗਾ ਗੱਡੀ ਦਾ, ਅਤੇ ਬਾਕੀ ਜਿਹੜਾ ਰੇਟ ਹੈ ਉੱਪਰ ਨੀਚੇ ਬਹਿ ਕੇ ਹੋਜੂਗਾ, ਇੱਕ ਵਾਰੀ ਇਹਨਾਂ ਨੇ ਸਿਰਫ ਡਿਮਾਂਡ ਕਹੀ ਹੈ। ਅਤੇ ਗੱਡੀ ਵਧੀਆ, 4,30 ਕਿਹਾ ਰੇਟ, ਅਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਜੇ ਤੁਸੀਂ ਗੱਡੀ ਖਰੀਦਣਾ ਆਹ ਚਾਹੁੰਦੇ ਹੋ, 98-158-2963। ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੂੰ ਗੱਡੀ ਆਹ ਪਸੰਦ ਆਈ ਹੈ। ਅਰਟੀਗਾ ਗੱਡੀ ਤੁਸੀਂ ਦੇਖ ਲਈ, ਅਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲਣਗੀਆਂ, ਵੀਡੀਓ ਹਾਲੇ ਤੱਕ ਮੁੱਕੀ ਨਹੀਂ ਹੈਗੀ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ, ਜੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣੀ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ, ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ, ਉਹਨੂੰ ਕਲਿੱਕ ਲਾਜ਼ਮੀ ਕਰ ਦਿਓ, ਦੱਬ ਦਿਓ ਉਹਨੂੰ, ਅਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰ ਦਿਓ, ਇੱਕ ਲਾਈਕ ਦਾ ਬਟਨ ਵੀ ਤੁਹਾਨੂੰ ਨੀਚੇ ਮਿਲੂਗਾ, ਉਹਨੂੰ ਵੀ ਦੱਬ ਦਿਓ ਜੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ, ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਕਮੈਂਟ ਲਾਜ਼ਮੀ ਕਰਿਆ ਕਰੋ ਜੀ, ਤੁਹਾਡੇ ਛੋਟੇ ਭਰਾ ਦਾ ਚੈਨਲ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ, ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ, ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਏ 'ਚ, ਕੋਠੀ, ਘਰ, ਮਕਾਨ, ਗੱਡੀ, ਮੋਟਰਸਾਈਕਲ, ਕੁਛ ਵੀ ਹੈ ਜੀ ਵੇਚਣ ਵਾਸਤੇ, ਤੁਸੀਂ ਆਪਣੇ ਕੋਲ ਭੇਜ ਕੇ ਐਡ ਕਰਵਾ ਸਕਦੇ ਹੋ। ਐਡ ਕਰਵਾਉਣ ਲਈ ਆਪਣਾ ਕੋਈ ਖਰਚਾ ਵਰਚਾ, ਕੋਈ ਫੀਸ ਕੁਛ ਨਹੀਂ ਹੈਗਾ, ਤੁਸੀਂ ਬਸ ਇੱਕ ਵੀਡੀਓ, ਪੂਰੀ ਜਾਣਕਾਰੀ, 5-7 ਫੋਟੋਆਂ ਆਪਣੇ ਵਟਸਐਪ ਨੰਬਰ 'ਤੇ ਭੇਜਦਿਆ ਕਰੋ, ਉੱਪਰ ਚੱਲਦੇ ਰਹਿੰਦਾ ਚਿੱਟੇ ਜਿਹੇ ਅੱਖਰਾਂ 'ਚ, 78-140-38-764। ਇੱਕ ਬੇਨਤੀ ਵਾਲੀ ਗੱਲ ਹੈ ਜੀ, ਰੇਟ ਜਦੋਂ ਤੁਸੀਂ ਆਪਣੇ ਕੋਲ ਲਾ ਕੇ ਭੇਜ ਦਿਓ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ। ਅਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ। ਹੁਣ ਤੁਸੀਂ ਦੇਖ ਰਹੇ ਹੋ KUV100K8 ਗੱਡੀ ਆਪਣੇ ਕੋਲ ਪਹੁੰਚੀ ਹੈ, ਗੱਡੀ 2016 ਮਾਡਲ ਹੈ, ਅਤੇ ਕੁੱਲ 55,000 ਕਿਲੋਮੀਟਰ ਚੱਲੀ ਹੋਈ ਹੈ, 4,05,000 ਰੁਪਈਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਲੁਧਿਆਣਾ ਮਾਲਕ ਦਾ ਏਰੀਆ, 50-55 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ, ਗੱਡੀ ਵਧੀਆ ਹੈ, ਕੋਈ ਨੁਕਸ ਨਹੀਂ ਗੱਡੀ 'ਚ, ਨਾ ਤਾਂ ਕੋਈ ਕੰਮ ਭਾਲਦੀ ਹੈ ਗੱਡੀ, ਜਮਾਂ ਨਵੀਂ ਗੱਡੀ ਹੈ ਅਸੀਂ, ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ, ਕਿਉਂਕਿ ਮਾਲਕ ਨੇ ਵਧੀਆ ਸੰਭਾਈ 'ਚ ਰੱਖੀ ਹੋਈ ਹੈ।
ਜਿਵੇਂ ਕਿ ਫੋਟੋਆਂ ਚਾਰੇ ਪਾਸੋਂ ਚੱਲ ਰਹੀਆਂ, ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਗੀ। ਲੁਧਿਆਣੇ ਖੜ੍ਹੀ ਹੈ ਗੱਡੀ, ਅਤੇ ਜਾ ਕੇ ਦੇਖਣੀ ਵੀ ਜਾ ਕੇ ਦੇਖ ਸਕਦਾ ਹੂੰ। ਕਿਸੇ ਨੇ ਗੱਲ ਕਰਨੀ ਆ ਮਾਲਕ ਨਾਲ ਤਾਂ ਨੰਬਰ ਆਪਾਂ ਮਾਲਕ ਦਾ ਸਕਰੀਨ 'ਤੇ ਦੇ ਰੱਖਿਆ, 9506630237। ਹੁਣ ਤੁਸੀਂ ਦੇਖੋ, ਇੱਕ ਆਪਣੇ ਕੋਲ ਮਾਰੂਤੀ 800 ਗੱਡੀ ਮਾਲਕ ਨੇ ਭੇਜੀ ਹੈ। ਗੱਡੀ 2000 ਮਾਡਲ ਹੈ ਅਤੇ ਸੰਗਰੂਰ ਏਰੀਏ 'ਚ ਖੜ੍ਹੀ ਹੈ। 37,000 ਰੁਪਈਆ ਮਾਲਕ ਨੇ ਮੰਗਿਆ ਗਾ। ਗੱਡੀ ਦੇ ਟਾਇਰ ਵੀ ਠੀਕ ਨੇ, ਨੁਕਸ ਵੀ ਕੋਈ ਨਹੀਂ, ਬਾਕੀ ਇੰਜਨ ਗੇਅਰ ਵੀ ਵਧੀਆ, ਬਾਡੀ ਲਾਈਨ ਵੀ ਠੀਕ ਹੈ। ਤੁਹਾਡੇ ਸਾਹਮਣੇ ਗੱਡੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ, ਅਤੇ ਨੰਬਰ ਮਾਲਕ ਦਾ 9910501257। ਨੰਬਰ 'ਤੇ ਗੱਲ ਕਰ ਲਿਓ ਜੀ। ਬਾਕੀ ਗੱਡੀਆਂ ਤੁਸੀਂ ਸਾਰੀਆਂ ਦੇਖ ਲਈਆਂ, ਅਤੇ ਸਾਰੀਆਂ ਗੱਡੀਆਂ ਦੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ, ਅਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਸਬਸਕ੍ਰਾਈਬ ਸਾਰੇ ਜਣੇ ਤੁਸੀਂ ਕਰਕੇ ਜਾਇਓ, ਅਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੱਤਾ ਉੱਪਰ, ਬਾਕੀ ਵਾਰ ਵਾਰ ਚੱਲਦਾ ਰਹਿੰਦਾ, ਭੇਜੋ ਆਪਣੇ ਕੋਲ, ਜਲਦੀ ਐਡ ਲਗਾ ਦਾਂਗੇ। ਅਤੇ ਕਮੈਂਟ ਕਰਕੇ ਮੈਨੂੰ ਦੱਸਿਓ ਜ਼ਰੂਰ, ਅਤੇ ਅਗਲੀ ਵੀਡੀਓ 'ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਏ 'ਚੋਂ ਕਿਹੋ ਜਿਹੀ ਗੱਡੀ ਕਿੰਨੇ ਰੇਟ 'ਚ ਲੈ ਕੇ ਪਹੁੰਚੀ ਹੈ।